हेलो दोस्तों, एक और वीडियो दे विच स्वागत है थोड़ा। ये अपना SST दा चैप्टर थर्ड चल रहा है। ETT वाले वास्ते तैयारी करते रहो नाल नाल। कल चार उदासियां कीतियां सी, अज चांसेस है कि सारा कंप्लीट करके कल आप लाइव क्लास लावांगे। जिवें तुहानू ठीक लगे दस दिओ, कमेंट कर दिओ, टैलीग्राम जरूर ज्वाइन कर लिओ। ये अपना छेवां पार्ट है। हुण इहदे विच आपां करांगे, टॉपिक तां छोटा ही है पर बहुत इंपोर्टेंट टॉपिक है, गुरु नानक देव जी करतारपुर विच 1222 तों 39 तक जिहड़े उदासियां पूरियां करन तों बाद उहनां ने की कीता। ਠੀਕ ਹੈ ਜੀ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਇਹ ਟੋਪਿਕ ਤਾਂ ਹੀ ਵੱਖਰੀ ਵੀਡੀਓ ਵਾਸਤੇ ਰੱਖਿਆ ਸੀ, ਆਪਾਂ ਸ਼ੁਰੂ ਕਰਦੇ ਹਾਂ। ਨਾਲ MCQ ਵੀ ਦੱਸਦਾ ਜਾਊਂਗਾ ਕਿਹੜੇ ਕਿਹੜੇ ਬੰਦੇ ਆ। ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ 1522-39 ਕਿੰਨਾ ਟਾਈਮ ਰਹੇ? 1522 ਤੋਂ 39 ਤੱਕ ਫਸਟ ਬਣ ਗਿਆ। 1522 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਜਾ ਵਸੇ। ਉਹ ਆਪਣੇ ਅੰਤਲੇ ਸਮੇਂ ਵਿੱਚ ਹੀ ਉੱਥੇ ਰਹੇ। ਇਸ ਕਾਲ ਵਿੱਚ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ। ਉਹਨਾਂ ਨੇ ਉੱਥੇ ਹੀ ਵਾਰ ਮਲਾਰ, ਵਾਰ ਮਾਂਝ, ਵਾਰ ਆਸਾ, ਜਪਜੀ, ਓਂਕਾਰ, ਬੱਟੀ, ਤਿੱਥ, ਬਾਰਾਮਾਂ ਆਦਿ ਬਾਣੀਆਂ ਦੀ ਰਚਨਾ ਕੀਤੀ। ਗੁਰੂ ਸਾਹਿਬ ਨੇ ਉੱਥੇ ਸੰਗਤ ਅਤੇ ਪੰਗਤ ਦੀ ਨੀਂਹ ਰੱਖੀ। ਉਹਨਾਂ ਨੇ ਸੰਗਤ ਅਤੇ ਪੰਗਤ ਦੀ ਨੀਂਹ ਕਿੱਥੇ ਰੱਖੀ ਸੀ? ਕਰਤਾਰਪੁਰ ਵਿਖੇ 1522 ਈਸਵੀ ਵਿੱਚ ਜਦੋਂ ਉੱਥੇ ਰਹਿਣ ਲੱਗੇ ਸੀ ਆਪਣੇ ਪਰਿਵਾਰ ਦੇ ਨਾਲ, ਜਿਸ ਨਾਲ ਮਨੁੱਖ ਜਾਤੀ ਵਿੱਚੋਂ ਊਚ ਨੀਚ ਦਾ ਫਰਕ ਮਿਟ ਗਿਆ। ਗੁਰੂ ਸਾਹਿਬ ਨੇ ਇਹਨਾਂ ਵਰਿਆਂ ਵਿੱਚ ਆਦਰਸ਼ ਗ੍ਰਹਿਸਥੀ ਦਾ ਜੀਵਨ ਬਤੀਤ ਕੀਤਾ। ਇੱਕ ਚੀਜ਼ ਨੋਟ ਕਰੋ ਤੁਸੀਂ, ਐਡੇ ਵੱਡੇ ਗੁਰੂ ਸਾਹਿਬਾਨ ਹੁੰਦੇ ਹੋਏ ਵੀ, ਰੱਬ ਦਾ ਰੂਪ ਹੁੰਦੇ ਹੋਏ ਵੀ, ਉਹਨਾਂ ਨੇ ਆਪਣੀ ਫੈਮਿਲੀ ਨੂੰ ਟਾਈਮ ਦਿੱਤਾ। ਇਹ ਚੀਜ਼ ਸਿੱਖਣ ਲਈ ਹੈ ਪੜ੍ਹਾਈ ਤੋਂ ਪਰੇ ਕਿ ਉਹਨਾਂ ਨੇ ਸਾਰਾ ਕੁਝ ਦੁਨੀਆ ਦਾ ਜਲ ਕਲਿਆਣ ਕਰਨ ਤੋਂ ਬਾਅਦ ਵੀ, ਜਿਹੜੀਆਂ ਸਿੱਖਿਆਵਾਂ ਦੇਣ ਤੋਂ ਬਾਅਦ ਵੀ ਆਪਣੀ ਫੈਮਿਲੀ ਨੂੰ ਟਾਈਮ ਦਿੱਤਾ। ਇੱਥੋਂ ਪਤਾ ਲੱਗਦਾ ਕਿ ਫੈਮਿਲੀ ਕਿੰਨੀ ਇੰਪੋਰਟੈਂਟ ਹੈ। ਪਲਾਂ ਦੀ ਉਹ ਰੱਬ ਹੈ, ਪਲਾਂ ਦੀ ਇੱਕ ਆਮ ਆਦਮੀ ਹੈ। ਹੁਣ ਨੈਕਸਟ ਆਪਾਂ ਟੋਪਿਕ 'ਤੇ ਜਾਂਦੇ ਹਾਂ। ਗੁਰੂ ਸਾਹਿਬ ਨੇ ਇਹਨਾਂ ਵਰਿਆਂ ਵਿੱਚ ਆਦਰਸ਼ ਗ੍ਰਹਿਸਥੀ ਦਾ ਜੀਵਨ ਬਤੀਤ ਕੀਤਾ। ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਅੰਤਲਾ ਸਮਾਂ ਨੇੜੇ ਆ ਰਿਹਾ, ਤਾਂ ਉਹਨਾਂ ਨੇ ਭਾਈ ਲਹਿਣਾ ਨੂੰ ਸਭ ਤੋਂ ਯੋਗ ਸਮਝਦਿਆਂ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਕਿਹਨੂੰ ਕੀਤਾ? ਭਾਈ ਲਹਿਣਾ ਜੀ ਨੂੰ। ਗੁਰੂ ਨਾਨਕ ਦੇਵ ਜੀ 22 ਸਤੰਬਰ 1542 ਵਿੱਚ ਜੋਤੀ ਜੋਤ ਸਮਾ ਗਏ। ਉਸ ਵੇਲੇ ਉਹ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਇੱਕੋ ਜਿਹੇ ਹਰਮਨ ਪਿਆਰੇ ਸਨ। ਅੱਜ ਵੀ ਉਹ ਇੱਕੋ ਜਿਹੇ ਹਰਮਨ ਪਿਆਰੇ ਆ, ਕੋਈ ਸ਼ੱਕ ਵਾਲੀ ਗੱਲ ਨਹੀਂ। ਉਹਨਾਂ ਨੂੰ ਹੁਣ ਤੱਕ ਗੁਰੂ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਹ ਸੀ ਆਪਣਾ ਛੋਟਾ ਜਿਹਾ ਟੋਪਿਕ, ਪਰ ਬਹੁਤ ਮੋਸਟ ਇੰਪੋਰਟੈਂਟ ਟੋਪਿਕ ਅਤੇ ਸਿੱਖਿਆ ਦੇਣ ਵਾਲਾ ਟੋਪਿਕ ਹੈ। ਕਿਵੇਂ ਉਹਨਾਂ ਨੇ ਆਪਣੀ ਫੈਮਿਲੀ ਨੂੰ ਵੀ ਟਾਈਮ ਦਿੱਤਾ, ਐਂਡ ਤੱਕ ਆਪਣੀ ਫੈਮਿਲੀ ਦੇ ਨਾਲ ਰਹੇ। ਉਹਨਾਂ ਨੇ ਸਟਾਰਟਿੰਗ ਵੀ ਫੈਮਿਲੀ ਨਾਲ ਕੀਤੀ ਅਤੇ ਐਂਡ ਵੀ ਫੈਮਿਲੀ ਨਾਲ ਹੀ ਕੀਤਾ। ਇਹ ਨਹੀਂ ਜੇ ਰੱਬ ਸੀ ਤਾਂ ਉਹਨਾਂ ਨੇ ਲੋਕਾਂ ਦਾ ਹੀ ਸੇਵਾ ਕੀਤੀ, ਆਪਣੀ ਫੈਮਿਲੀ ਨੂੰ ਵੀ ਪੂਰਾ ਟਾਈਮ ਦੇਖੇਂਗੇ। ਇਹ ਸੀ ਆਪਣਾ ਟੋਪਿਕ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੇ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਜ਼ਰੂਰ ਕਰ ਦਿਓ, ਇੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਜਿਹਦੇ ਨਾਲ ਸਾਨੂੰ ਥੋੜ੍ਹੀ ਜਿਹੀ ਸਪੋਰਟ ਮਿਲਦੀ ਰਿਹਾ ਕਰੂਗੀ। ਬਾਕੀ ਤੁਹਾਡਾ ਪਿਆਰ ਤਾਂ ਸਾਨੂੰ ਮਿਲ ਹੀ ਰਿਹਾ। ਥੈਂਕ ਯੂ।